ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਸਮਝੌਤੇ ਕਰਾਏ ਜਾਣ। ਜਿਸ ਤੋਂ ਬਾਅਦ ਹੁਣ ਦਰਿਆਈ ਪਾਣੀਆਂ ਦੇ ਮੁੱਦੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਇੱਕ ਸਰਬ ਪਾਰਟੀ ਦੀ ਬੈਠਕ ਬੁਲਾਈ, ਜਿਸ ਮੌਕੇ ਪੰਜਾਬ ਦੇ ਪਾਣੀਆਂ ਤੇ ਬਣਦੇ ਹੱਕਾਂ ਨੂੰ ਲੈ ਕੇ ਵਿਚਾਰ ਚਰਚਾ ਹੋਈ। ਇਸ ਮੀਟਿੰਗ 'ਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਪਰ ਇੱਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਬੈਠਕ 'ਚ ਸੱਤਾਧਾਰੀ ਕਾਂਗਰਸ ਦੀ ਗੈਰਹਾਜ਼ਰੀ ਰੜਕਦੀ ਰਹੀ, ਜਿਸ ਕਾਰਨ ਹੁਣ ਕਾਂਗਰਸ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਦੱਸ ਦਈਏ ਕਿ ਇਸ ਬੈਠਕ 'ਚ ਕਾਂਗਰਸ ਦਾ ਕੋਈ ਵੀ ਨੁਮਾਇੰਦਾ ਸ਼ਾਮਿਲ ਨਹੀਂ ਹੋਇਆ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੌਜੂਦਾ ਸੱਤਾਧਾਰੀ ਕਾਂਗਰਸ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਪੰਜਾਬ ਦੀ ਲਾਈਫ ਲਾਈਨ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਉਹਦੇ 'ਤੇ ਅੱਜ ਸਾਰੀਆਂ ਪਾਰਟੀਆਂ ਨੂੰ, ਜਿਹੜੇ ਪਾਣੀਆਂ ਦੇ ਐਕਸਪਰਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਇੱਕ ਬਹੁਤ ਹੀ ਸਾਰਥਕ ਡਿਸਕਸ਼ਨ ਜਿਹੜੀ ਹੈ ਚੁੱਕ ਰਹੀ, ਔਰ ਇਸ ਗੱਲ ਦਾ ਅਫਸੋਸ ਵੀ ਹੈ ਕਿ ਜਿਹੜੀ ਸੂਬੇ ਦੀ ਹੁਕਮਰਾਨ ਪਾਰਟੀ ਹੈ, ਕਿਉਂਕਿ ਇਹ ਕੋਈ ਸਿਆਸੀ ਕੰਮ ਨਹੀਂ ਸੀ, ਇਹ ਮੁੱਦਾ ਜਿਹੜਾ ਪੰਜਾਬ ਦਾ ਬਹੁਤ ਹੀ ਹੱਕੀ ਮਸਲਾ ਔਰ ਬੜਾ ਜਜ਼ਬਾਤੀ ਮੁੱਦਾ। ਰੂਲਿੰਗ ਪਾਰਟੀ ਦਾ, ਸਰਕਾਰ ਦਾ ਕੋਈ ਵੀ ਨੁਮਾਇੰਦਾ ਅੱਜ ਦੀ ਇਸ ਆਲ ਪਾਰਟੀ ਮੀਟਿੰਗ ਦੇ ਵਿੱਚ ਨਹੀਂ ਸ਼ਾਮਿਲ ਹੋਇਆ। ਮੈਂ ਸਮਝਦਾ ਕਿ ਇਹ ਵੀ ਬਹੁਤ ਮਹੱਤਵਪੂਰਨ, ਕਿਉਂਕਿ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਪਾਣੀਆਂ ਦੇ ਇਤਿਹਾਸ ਦੇ ਵਿੱਚ ਜਿਸ ਕਦਰ ਕਾਂਗਰਸ ਪਾਰਟੀ ਦੋਸ਼ੀ ਹੈ, ਚਾਹੇ 1955 ਦੇ ਵਿੱਚ ਗੁਲਜ਼ਾਰੀ ਲਾਲ ਨੰਦਾ ਦੇ ਟਾਈਮ ਦੇ ਉੱਤੇ ਪਾਣੀਆਂ ਦੀ ਵੰਡ ਕਰਨੀ, ਚਾਹੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ 78 ਐਡ ਕਰਨਾ, ਚਾਹੇ 1976 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਧੱਕੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ, ਚਾਹੇ 1981 ਦੇ ਵਿੱਚ ਦਰਬਾਰਾ ਸਿੰਘ ਕੋਲੋਂ ਧੱਕੇ ਨਾਲ ਦਸਖਤ ਕਰਵਾ ਲੈਣੇ ਔਰ ਕੇਸ ਪੰਜਾਬ ਦਾ ਵਾਪਸ ਕਰਵਾ ਲੈਣਾ, ਇਹ ਇਹੋ ਜਿਹੇ ਵਿਸ਼ਵਾਸਘਾਤ ਹੈ ਕਚੋਰੀ ਦੇ ਵਿੱਚ ਆ ਕੇ ਵੀ ਪੱਤਰ ਰੱਖਣਾ, ਜਿਹਦੇ ਕਰਕੇ ਕਾਂਗਰਸ ਪਾਰਟੀ ਅੱਜ ਵੀ ਲੋਕਾਂ ਨੂੰ ਫੇਸ ਨਹੀਂ ਕਰ ਪਾ ਰਹੀ ਪਾਣੀਆਂ ਦੇ ਮੁੱਦੇ 'ਤੇ। ਦੇਖੋ, ਬੜਾ ਪੰਜਾਬ ਦੇ ਨਾਲ ਧੋਖਿਆਂ ਦੀ ਗੱਲ ਹੈ ਕਾਂਗਰਸ ਪਾਰਟੀ, ਉਹਨਾਂ ਦੇ ਅੰਦਰ ਕਿਹੜੀ ਕਮਜ਼ੋਰੀ ਹੈ ਵੀ ਉਹ ਆ ਕੇ ਫੇਸ ਨਹੀਂ ਕਰ ਪਾਉਂਦੇ ਜਦੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਕਿਤੇ ਡਿਸਕਸ ਕਰਨਾ ਹੁੰਦਾ ਪਾਰਟੀਆਂ 'ਚ, ਆ ਕੇ ਫੇਸ ਨਹੀਂ ਕਰਦੇ, ਇਹ ਬਹੁਤ ਮਾੜੀ ਗੱਲ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਦਾ ਇਸ ਬੈਠਕ ਸੰਬੰਧੀ ਕੀ ਕਹਿਣਾ ਹੈ, ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਬਹੁਤ ਅਹਿਮ ਮੁੱਦਾ ਹੈ, ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕੇਂਦਰ ਸਰਕਾਰ ਨੂੰ ਵੀ ਪੰਜਾਬ ਔਰ ਹਰਿਆਣਾ ਸਰਕਾਰਾਂ ਦੀਆਂ ਮੀਟਿੰਗਾਂ ਕਰਾ ਕੇ ਕੋਈ ਫੈਸਲਾ ਕਰਾਇਆ ਜਾਏ ਤਾਂ ਕਿ SYL ਜਿਹੜੀ ਉਹ ਮੁਕੰਮਲ ਹੋ ਸਕੇ। ਇਹਦੇ ਲਈ 3 ਸਤੰਬਰ ਦੀ ਅਗਲੀ ਤਾਰੀਖ ਸੁਪਰੀਮ ਕੋਰਟ ਨੇ ਰੱਖੀ ਹੈ। ਅਸੀਂ ਇਸ ਸੰਬੰਧ ਵਿੱਚ ਸਾਰੇ ਪੰਜਾਬ ਵਿੱਚ ਇੱਕ ਮੁਹਿੰਮ ਚਲਾਈ ਹੋਈ ਹੈ, ਰਾਸ਼ਟਰਪਤੀ ਔਰ ਚੀਫ ਜਸਟਿਸ ਨੂੰ ਅਸੀਂ ਚਿੱਠੀਆਂ ਲਿਖ ਰਹੇ ਹਾਂ। ਪੰਜਾਬ ਕੋਲ ਪਾਣੀ ਹੈ ਨਹੀਂ, ਪਹਿਲਾਂ ਹੀ ਬਹੁਤ ਬੇਇਨਸਾਫੀ ਹੋ ਚੁੱਕੀ ਹੈ ਅਤੇ ਹੋਰ ਪਾਣੀ ਦੇਣਾ ਪੰਜਾਬ ਦੇ ਹਿੱਤ 'ਚ ਨਹੀਂ, ਅਤੇ ਜਦੋਂ ਸਾਡੇ ਕੋਲ ਆਪਣੇ ਵਾਸਤੇ ਆਪਣੀ ਲੋੜ ਵਾਸਤੇ ਵੀ ਪਾਣੀ ਨਹੀਂ ਤਾਂ ਅਸੀਂ ਹੋਰ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ। ਔਰ ਅੱਜ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਦਿੱਤਾ ਸੀ, ਜਿਹਦੇ ਵਿੱਚ ਕਾਂਗਰਸ ਪਾਰਟੀ ਵਾਲੇ, ਜਿਵੇਂ ਪਿੱਛੇ ਕਿਸਾਨ ਪਾਰਲੀਮੈਂਟ ਵਿੱਚ ਵੀ ਨਹੀਂ ਸੀ ਉਹ ਆਏ, ਅੱਜ ਵੀ ਉਹ ਨਹੀਂ ਆਏ, ਬਾਕੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਆਏ ਨੇ, ਉਹਨਾਂ ਦਾ ਧੰਨਵਾਦ। ਅਤੇ ਅਸੀਂ ਇੱਕ ਹਫ਼ਤੇ ਦੇ ਵਿੱਚ ਜਿਹੜੀ ਅੱਜ ਡਿਬੇਟ ਹੋਈ ਹੈ ਸਾਰੀ, ਕਾਨੂੰਨਦਾਨ ਆਏ, ਉਹਨਾਂ ਨੇ ਮਿਸਟਰ RS ਬੈਂਸ ਸੀਨੀਅਰ ਐਡਵੋਕੇਟ ਨੇ ਹਾਈਕੋਰਟ ਦੇ, ਉਹਨਾਂ ਨੇ ਕਾਨੂੰਨੀ ਪੱਖੋਂ ਪੂਰੀ ਜਾਣਕਾਰੀ ਦਿੱਤੀ। ਖੈਰ, ਹੁਣ ਦੇਖਣਾ ਹੋਵੇਗਾ ਕਿ ਦੋਹਾਂ ਰਾਜਾਂ ਵਿਚਾਲੇ ਪਾਣੀਆਂ ਦੇ ਮੁੱਦੇ ਤੇ ਵਿਵਾਦ ਨੂੰ ਕੇਂਦਰ ਸਰਕਾਰ ਕਦੋਂ ਤੱਕ ਹੱਲ ਕਰਨ 'ਚ ਕਾਮਯਾਬ ਹੁੰਦੀ ਹੈ। ਚੰਡੀਗੜ੍ਹ ਤੋਂ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।